ਇਹਰੇ ਕਿਸਾਨ ਵੀਰੋ ਤੇ ਭੈਣੋ ਅੱਜ ਖੇਤੀ ਕਿਹਾ ਜਾ ਰਿਹਾ ਕਿ ਇਹਨੂੰ ਵਪਾਰਿਕ ਨਜ਼ਰੀਏ ਨਾਲ ਵੇਖਣ ਦੀ ਜ਼ਰੂਰਤ ਹੈ ਤੇ ਜੇ ਅਸੀਂ ਵਪਾਰਿਕ ਨਜ਼ਰੀਏ ਨਾਲ ਵੇਖਾਂਗੇ ਤੇ ਕੁਦਰਤੀ ਗੱਲ ਹੈ ਅਸੀਂ ਕਮਾਈ ਕਰਨੀ ਚੰਗੀ ਚਾਹਾਂਗੇ ਤੇ ਉਸ ਲਈ ਬੜਾ ਵਧੀਆ ਫਾਰਮੂਲਾ ਹੈ ਕਿ ਆਪਾਂ ਆਪਣੀ ਖੇਤੀ ਉਪਜ ਦੀ ਪ੍ਰੋਸੈਸਿੰਗ ਕਰੀਏ ਉਹਦੇ ਵਿੱਚ ਵੈਲਿਊ ਐਡੀਸ਼ਨ ਕਰੀਏ ਵੈਲਿਊ ਐਡੀਸ਼ਨ ਕਰਕੇ ਉਹਨੂੰ ਫਿਰ ਜੋ ਵਿਚੀ ਵੇਚਾਂਗੇ ਤੇ ਕੁਦਰਤੀ ਗੱਲ ਹੈ ਨਿਰੋਲ ਆਮਦਨ ਸਾਡੀ ਵੱਧ ਸਕਦੀ ਹੈ ਅੱਜ ਇਸੇ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਵੀ ਪਰਸਿਆ ਸਿੰ ਕੀ ਹੈ ਔਰ ਕਿਹੜੀਆਂ ਅਵਸਥਾਾਂ ਦੇ ਵਿੱਚ ਪ੍ਰੋਸੈਸਿੰਗ ਕਿਵੇਂ ਹੋ ਸਕਦੀ ਤੁਸੀਂ ਮੰਡੀ ਕਰੀ ਆਪਾਂ ਕਿਵੇਂ ਕਰਨੀ ਹੈ ਮੇਰੇ ਨਾਲ ਨੇ ਡਾਕਟਰ ਰਮਨਦੀਪ ਕੌਰ ਜੀ ਇਹ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਨੇ ਖੇਤੀ ਵਿਗਿਆਨ ਕੇਂਦਰ ਮੋਗਾ ਵਿਖੇ ਆਪਣੀ ਸੇਵਾ ਨਿਭਾਉਂਦੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਦੇਖੋ ਬੜਾ ਮਹੱਤਵਪੂਰਨ ਵਿਸ਼ਾ ਹੈ ਹਾਂਜੀ ਮੈਂ ਸਮਝੀਨਾ ਕਿ ਅੱਜ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨ ਕਿਸਾਨ ਵੀਰਾਂ ਨੂੰ ਭੈਣਾਂ ਨੂੰ ਇਹ ਜਾਣਕਾਰੀ ਬੜੀ ਲੋੜੀਂਦੀ ਹੈ ਹਾਂਜੀ ਵੀ ਆਪਾਂ ਪੈਦਾ ਸਭ ਕੁਝ ਕਰਨੇ ਆ لیکن بکری کرنے والے ਅਸੀਂ ਗੱਲ ਬੰਦੀ ਨਹੀਂ ਉੱਥੇ ਅਸੀਂ ਖਦਾ ਖਾਵੇਂ ਨੇ ਤੁਸੀਂ ਦੱਸੋ ਕਿ ਪ੍ਰੋਸੈਸਿੰਗ ਤੋਂ ਤੁਹਾਡਾ ਭਾਅ ਕੀ ਹੈ ਔਰ ਕਿਸਾਨ ਕਿਸ ਢੰਗ ਦੇ ਨਾਲ ਇਸ ਸੋਚ ਨਾਲ ਜੁੜ ਕੇ ਪ੍ਰੋਸੈਸਿੰਗ ਨਾਲ ਜੁੜ ਕੇ ਆਪਣੀ ਆਮਦਨ ਵਧਾ ਸਕਦਾ ਜਿਵੇਂ ਸਾਡੇ ਪੰਜਾਬ ਦੇ ਬਾਰੇ ਅਸੀਂ ਭਲੀ ਭਾਂਤ ਜਾਣੂ ਆ ਕਿ ਕਣਕ ਝੋਨਾ ਜਾਂ ਹੋਰ ਜਿਹੜੀਆਂ ਫਸਲਾ ਮੁਖ ਫਸਲਾਂ ਨੂੰ ਪੈਦਾ ਕਰਨ ਦੇ ਵਿੱਚ ਇਹ ਮੋਰੀ ਰਿਹਾ ਤੇ 90% ਤੱਕ ਜਿਹੜੀਆਂ ਸਾਡੀਆਂ ਅਸੀਂ ਕਹੀਏ ਕਿ ਸਾਡੀਆਂ ਕਮਜਾਬੀ ਸਾਡੀ ਪੂਰੇ ਦੇਸ਼ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਝਲਕਦੀ ਹੈ ਪਰ ਉਦੋਂ ਬਾਅਦ ਜਿਹੜੀ ਹੁਣ ਸਮੇਂ ਦੀ ਜਿਹੜੀ ਜ਼ਰੂਰਤ ਹੈ ਉਹ ਕਿਸਾਨ ਵੀਰੋ ਸਾਨੂੰ ਆਪਣੀ ਮਡਲੀਜੈਂਸ ਜਿਹੜੀ ਹੈਗੀ ਉਹਨੂੰ ਪ੍ਰੋਸੈਸ ਕਰਕੇ ਉਹਦਾ ਮੁੱਲ ਵੱਧਾਉ ਉਤਪਾਦ ਪੈਦਾ ਕਰਕੇ ਉਸ ਨੂੰ ਫਿਰ ਵੇਚਣ ਦੀ ਹੈ ਮੰਡੀ ਦੇ ਵਿੱਚ ਅਸੀਂ ਆਪਦੀ ਜਿਹੜੀ ਕਣਕ ਝੋਨਾ ਹੋਰ ਜਿਹੜੀਆਂ ਫਸਲਾਂ ਪੈਦਾ ਕੀਤੀਆਂ ਉਨ੍ਹਾਂ ਦੇ ਵਿੱਚੋਂ ਜੇ ਅਸੀਂ ਆਮਦਨ ਦੇ ਵਿੱਚ ਵਾਧੇ ਦੇ ਬਾਰੇ ਗੱਲ ਕਰਦੇ ਹਾਂ ਤਾਂ ਜਿਹੜੀ ਸਮੇਂ ਦੀ ਆਪਾਂ ਗੱਲ ਕਰੀਏ ਉਹ ਪ੍ਰੋਸੈਸਿੰਗ ਹੀ ਇੱਕ ਹੱਲ ਹੈ ਜਿਹਦੇ ਨਾਲ ਅਸੀਂ ਆਮਦਨ ਦੇ ਵਿੱਚ ਵੀ ਵਾਧਾ ਕਰ ਸਕਦੇ ਹਾਂ ਨਾਲ ਦੀ ਨਾਲ ਜਿਹੜੀ ਉਹ ਸਮ ਜਿੰਸ ਪੈਦਾ ਕੀਤੀ ਹੈ ਉਹਨੂੰ ਭੰਡਾਰਨ ਸਮੇਂ ਜਿਹੜੀਆਂ ਆਉਣ ਵਾਲੀਆਂ ਦਿੱਕਤਾਂ ਉਹਨੂੰ ਵੀ ਘਟਾ ਸਕਦੇ ਆ ਤੇ ਨਾਲ ਦੀ ਨਾਲ ਅਸੀਂ ਇਹ ਰੁਜ਼ਗਾਰ ਜਿਹੜਾਗਾ ਉਹ ਬਹੁਤ ਮਹੱਤਵਪੂਰਨ ਜਿਹੜੀ ਸਮੇਂ ਦੀ ਜ਼ਰੂਰਤ ਆ ਉਹ ਵੀ ਇਹਦੇ ਨਾਲ ਜਿਹੜਾ ਉਹ ਪੈਦਾ ਕਰ ਸਕਦੇ ਆ ਬਿਲਕੁਲ ਜੀ ਬੜੀ ਚੰਗੀ ਗੱਲ ਤੁਸੀਂ ਕੀਤੀ ਹੈ ਕਿ ਮੈਂ ਸਮਝਦਾ ਕਿ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਭਜਦੇ ਆ ਤੇ ਜੇ ਆਪਾਂ ਆਪਣੇ ਇਲਾਕੇ ਦੇ ਵਿੱਚ ਇਹ ਪ੍ਰੋਸੈਸਿੰਗ ਦਾ ਕੰਮ ਕਰ ਲਈਏ ਸਾਡੇ ਕੋਲ ਰਿਸੋਰਸਸ ਦੀ ਕਮੀ ਨਹੀਂ ਹੈ ਜਿਸੀ ਝਾਤ ਮਾਰੀ ਹਰ ਇੱਕ ਚੀਜ਼ ਆਪਣੇ ਕੋਲ ਉਪਲਬਧ ਹੈਗੀ ਹੈ ਬਸ ਲੋੜ ਹੈ ਤਕਨੀਕੀ ਗਿਆਨ ਦੀ ਜਿਹੜੀ ਤੁਸੀਂ ਦੇਣ ਦੇ ਹੋ ਤੇ ਨਾਲ ਥੋੜਾ ਜਿਹਾ ਉਦਮ ਦੀ ਹਾਂਜੀ ਡਾਕਟਰ ਰਮਨਦੀਪ ਜੀ ਆਪਾਂ ਖੇਤੀ ਵਾਲੇ ਬੰਦੇ ਆ ਤੇ ਗੱਲ ਖੇਤੀ ਜੇਕਰ ਕਰੀਏ ਤੇ ਐਗਰੀ ਪ੍ਰੋਸੈਸਿੰਗ ਮਾਡਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਵਾਰਿਸ਼ ਕਰਦੀ ਆ ਤੁਸੀਂ ਮਾਹਿਰ ਹੋ ਤੇ ਕਿਹੜੀ ਕਿਹੜੀਆਂ ਫਸਲਾਂ ਦਾ ਹੈ ਜਿਹੜੀ ਐਗਰੀ ਪ੍ਰੋਸੈਸਿੰਗ ਕਿਤੇ ਜਾ ਸਕਦੀ ਹੈ ਦੇਖੋ ਜੀ ਅਸੀਂ ਜਿਵੇਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਕਣਕ ਝੋਨਾ ਤੇਲ ਬੀਜ ਐ ਜਾਂ ਮਸਾਲੇ ਐ ਦਾਲਾਂ ਨੇ ਇਹ ਅਸੀਂ ਬਹੁਤਾਤ ਚ ਪੈਦਾ ਕਰਦੇ ਆ ਪਰ ਇਹਨਾਂ ਦੇ ਉੱਤੋਂ ਜੇਕਰ ਅਸੀਂ ਮੁੱਲ ਵਧਾਉ ਉਤਪਾਦ ਇੱਕੋ ਛੱਤ ਦੇ ਥੱਲੇ ਸਾਰੀਆਂ ਮਸ਼ੀਨਾਂ ਇਕੱਠੀਆਂ ਲਵਾ ਕੇ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਉਪਰਾਲਾ ਕੀਤਾ ਕਿ ਅਸੀਂ ਪੂਰਾ ਸਾਲ ਉਹਦੇ ਤੋਂ ਜਿਹੜੀ ਆ ਉਹ ਆਮਦਨ ਲੱਗੇ ਤਾਂ ਉਹਨੂੰ ਅਸੀਂ ਕਹਿੰਦੇ ਆ ਐਗਰੋ ਪ੍ਰੋਸੈਸਿੰਗ ਮਾਡਲ ਜਿਹਦੇ ਵਿੱਚ ਲੱਗਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਆਟਾ ਚੱਕੀ ਐ ਝੋਨੇ ਦੀ ਮਿਲਿੰਗ ਆਸਤੇ ਮਸ਼ੀਨ ਹੈਗੀ ਆ ਜੀ ਉਸ ਤੋਂ ਬਿਨਾ ਤੇਲ ਦੇ ਕੱਢਣ ਵਾਸਤੇ ਕੋਲੂ ਐ ਮਸਾਲਿਆਂ ਦੀ ਗ੍ਰਾਈਂਡਿੰਗ ਵਾਸਤੇ ਗ੍ਰਾਈਂਡਰ ਨੇ ਜਾਂ ਦਾਲਾਂ ਦੀ ਆਪਾਂ ਕਹੀਏ ਗ੍ਰੇਡਿੰਗ ਕਲੀਨਿੰਗ ਸਿੰਪਲ ਜਿਹੜੀ ਆਪਾਂ ਕਰ ਸਕਦੇ ਹਾਂ ਮੁੱਢਲੀ ਪ੍ਰੋਸੈਸਿੰਗ ਆ ਜਾਂ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੇ ਵਿੱਚੋਂ ਜੋ ਫੋਕਟ ਨਿਕਲਦਾ ਉਹਦੇ ਉੱਪਰ ਲੱਗਣ ਵਾਲੀ ਇੱਕ ਫੀਡ ਮਿਲ ਆ ਤੇ ਇਹਨਾਂ ਸਾਰਿਆਂ ਦਾ ਸੁਮੇਲ ਹੈ ਜਿਹੜਾ ਉਹਨੂੰ ਅਸੀਂ ਕਹਿੰਦੇ ਐ ਐਗਰੋ ਪ੍ਰੋਸੈਸਿੰਗ ਮਾਡਲ ਜੀ ਦਾ ਸੰਕਲਪ ਇਹੀ ਹੈ ਕਿ ਅਸੀਂ ਜਿਹੜੀ ਆਪਣੀ ਜਿੰਸ ਆ ਉਹਦੀ ਮੁੱਢਲੀ ਪ੍ਰੋਸੈਸਿੰਗ ਕਰੀਏ ਕਿਉਂਕਿ ਜਦੋਂ ਅਸੀਂ ਪ੍ਰੋਸੈਸਿੰਗ ਦੇ ਬਾਰੇ ਗੱਲ ਵੀ ਕਰਦੇ ਆ ਨਾ ਅਕਸਰ ਸਾਡੇ ਮਨ ਦੇ ਵਿੱਚ ਵਿਚਾਰ ਆ ਜਾਂਦਾ ਕਿ ਬਹੁਤ ਵੱਡੇ ਉਦਯੋਗ ਜਾਂ ਕਾਰਖਾਨੇ ਆ ਜਿਦੇ ਵਿੱਚ ਬਹੁਤ ਸਾਰੀ ਲਾਗਤ ਲੱਗਣ ਵਾਲੀਆਂ ਮਸ਼ੀਨਾਂ ਨੇ ਪਰ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਇਹ ਆਪਣੇ ਇਹ ਸਿਫਾਰਸ਼ ਦਿੱਤੀ ਹੈ ਉਹਦੇ ਵਿੱਚ ਇਹ ਮਸ਼ੀਨਾਂ ਜਿਹੜੀਆਂ ਕੁਸ਼ਕ ਲਾਗਤ ਦੇ ਨਾਲ ਜਿਹੜੀ ਆ ਕਿਸਾਨ ਉਹ ਸ਼ੁਰੂ ਕਰ ਸਕਦਾ ਤੇ ਇਹਨੂੰ ਇੱਕੋ ਹੀ ਛੱਤ ਦੇ ਥੱਲੇ ਆਪਣਾ ਪੂਰਾ ਸਾਲ ਚੱਲਣ ਵਾਲਾ ਇੱਕ ਕਾਰਖਾਨਾ ਜਿਹੜਾਗਾ ਉਹ ਚਲਾ ਸਕਦਾਗਾ ਜੀ ਸੋ ਤੁਹਾਡੇ ਕਹਿਣ ਤੋਂ ਪਾਵੇ ਹੈ ਕਿ ਐਸੇ ਮਾਡਲ ਅਸੀਂ ਆਪਣੇ ਪਿੰਡਾਂ 'ਚ ਬਣਾ ਸਕਨੇ ਆ ਜਿਨ੍ਹਾਂ ਦੇ ذریعے ਅਸੀਂ ਪੂਰਾ ਸਾਲ ਆਪਾਂ ਨੂੰ ਕੰਮ ਮਿਲਦਾ ਰਹੂ ਕਿਉਂਕਿ ਝੋਨਾ ਹੈ ਫਿਰ ਕਣਕ ਹੈ ਜਾਂ ਕਮਾਦ ਜਾਂ ਸਬਜ਼ੀਆਂ ਦੀ ਆਪਾਂ ਕਾਸ਼ ਕਰਦੇ ਆ ਅੱਛਾ ਡਾਕਟਰ ਰਮਨਦੀਪ ਜੀ ਹੁਣ ਇੱਕ ਗੱਲ ਇਹ ਵੀ ਜ਼ੈਨ ਚ ਆਉਂਦੀ ਹੈ ਕਿ ਇਹ ਜਿਹੜਾ ਮਾਡਲ ਤੁਸੀਂ ਕਿਹਾ ਐਗਰੀ ਪ੍ਰੋਸੈਸਿੰਗ ਮਾਡਲ ਹੈ ਹਾਂਜੀ ਪੂਰਾ ਸਾਲ ਤੁਸੀਂ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਯੂਨੀਵਰਸਿਟੀ ਨੇ ਮਾਡਲ ਬਣਾਇਆ ਹੈ ਇਹ ਮਾਡਲ ਅਸਲ ਚ ਹੈ ਕੀ ਔਰ ਕਿਵੇਂ ਇਸ ਮਾਡਲ ਨੂੰ ਕਿੰਨੀ ਥਾਂ ਦੇ ਉੱਤੇ ਇਹ ਮਾਡਲ ਕੰਮ ਕਰਦਾ ਹੈ ਸਮਾਂ ਆ ਕਿੰਨਾ ਕੋ ਚਾਹੀਦਾ ਹੈ ਜਗ੍ਹਾ ਕਿੰਨੀ ਕੋ ਚਾਹੀਦੀ ਹੈ ਤੇ ਕਿੰਨੀ ਕੁ ਪ੍ਰੋਡਕਸ਼ਨ ਇਹਦੀ ਹੋ ਸਕਦੀ ਹੈ ਇਹ بڑے ਮਹਣੇ ਚ ਸਵਾਲ ਆਉਂਦੇ ਨੇ ਤੇ ਪੁੱਛਦੇ ਨੇ ਇਹਦੇ ਬਾਰੇ ਜਾਣਕਾਰੀ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਗੱਲ ਪਹਿਲਾਂ ਕੀਤੀ ਹੈ ਕਿ ਇਹਦੇ ਚ ਕੀ ਕੀ ਮਸ਼ੀਨਾਂ ਲੱਗਦੀਆਂ ਨੇ ਆਪਾਂ ਉਥੋਂ ਸ਼ੁਰੂਆਤ ਕਰਦੇ ਹਾਂ ਦੇਖੋ ਕਿਸਾਨ ਵੀਰੋ ਇਹਦੇ ਵਿੱਚ ਸਭ ਤੋਂ ਪਹਿਲਾਂ ਲੱਗਣ ਵਾਲੀ ਜਿਹੜੀ ਮਸ਼ੀਨ ਹੈ ਉਹ ਹੈ ਆਟਾ ਚੱਕੀ ਜਿਹੜੀ ਕਿ ਫੁੱਲੀ ਆਟੋਮੇਟਿਡ ਮਸ਼ੀਨ ਹੈ ਜਿਦੇ ਵਿੱਚ ਛਾਨਣਾ ਲਾ ਕੇ ਪਹਿਲਾਂ ਕਲੀਨਿੰਗ ਹੁੰਦੀ ਆ ਕਿਉਂਕਿ ਜਦੋਂ ਅਸੀਂ ਕਣਕ ਵੱਢ ਕੇ ਲਿਆਉਂਦੇ ਆ ਉਹਦੇ ਵਿੱਚ ਮਿੱਟੀ ਕੰਕਰ ਹੋਰ ਜਿਹੜੀਆਂ ਫਸਲਾਂ ਦੇ ਜਿਹੜੇ ਬੀਜ ਆ ਉਹ ਵੀ ਰਲ ਜਾਂਦੇ ਆ ਉਸ ਤੋਂ ਇਲਾਵਾ ਲੋਹਾ ਜਾਂ ਪੇਚ ਜਿਹੜੇ ਕਈ ਚੀਜ਼ਾਂ ਦੇ ਵਿੱਚ ਰਲਦੇ ਆ ਤਾਂ ਕਣਕ ਦੀ ਸਫਾਈ ਜਿਹੜੀ ਉਹ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਜਿਹੜੀ ਇਹ ਚੱਕੀ ਆ ਉਹਦੇ ਜਿਹੜੇ ਆਪਾਂ ਕਹੀਏ ਚੱਕਰ ਜਿਹੜੇ ਹੁੰਦੇ ਨੇ ਉਹ ਸਲੋ ਆ ਜਿਹੜੀਆਂ ਆਮ ਚੱਕੀਆਂ ਨੇ ਉਹਨਾਂ ਦੇ ਵਿੱਚ ਤੇਜ਼ ਚੱਕਰ ਹੋਣ ਕਰਕੇ ਉਹਦੀ ਗੁਣਵੱਤਾ ਜਿਹੜੀ ਆਟੇ ਦੀ ਖਰਾਬ ਹੁੰਦੀ ਆ ਤੇ ਇਹਦੇ ਵਿੱਚ ਘੱਟ ਚੱਕਰ ਤੇ ਚੱਲਣ ਵਾਲੀ ਜਿਹੜੀ ਚੱਕੀ ਆ ਉਹਦੇ ਨਾਲ ਕੀ ਹੈਗਾਗਾ ਕਿ ਆਟੇ ਦੀ ਗੁਣਵੱਤਾ ਵੀ ਪ੍ਰਕਰਾਰ ਰਹਿੰਦੀ ਹੈ ਚ 6 ਤੋਂ ਲੈ ਕੇ 7 ਕੁਇੰਟਲ ਤੱਕ ਪ੍ਰਤੀ ਘੰਟਾ ਜਿਹੜੀ ਹੈਗੀ ਆ ਉਹ ਇਹਦੀ ਸਮਰੱਥਾ ਹੈ ਤੇ ਮਸ਼ੀਨ ਦੀ ਜਿਹੜੀ ਲਾਗਤ ਹੈਗੀ ਆ ਉਹ 6 ਲੱਖ ਰੁਪਏ ਤੱਕ ਜਿਹੜੀ ਹੈਗੀ ਆ ਆਪਾਂ ਸ਼ੁਰੂਆਤ ਜਿਹੜੀ ਉੱਥੋਂ ਕਰਦੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਚੱਕੀਆਂ ਸਾਡੀਆਂ ਵਧੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਆ ਚੋਨੇ ਦੀ ਚੋਨੇ ਦੀ ਜਿਹੜੀ ਇਹ ਮਿਲਿੰਗ ਕਰਕੇ ਉਹਦਾ ਜਿਹੜਾ ਉਪਰਲਾ ਫੱਕ ਲਾਉਨੇ ਹੈਗੇ ਆ ਠੀਕ ਹੈ ਜੀ ਉਹ ਸ਼ੈਲਰ ਜਿਹੜਾ ਲੱਗਦਾ ਤੇ ਨਾਲ ਉਹਦੇ ਲੱਗਦਾ ਹੀ ਕੋਨ ਪਾਲਿਸ਼ਰ ਇਹ ਦੋ ਮਸ਼ੀਨਾਂ ਜਿਹੜੀਆਂ ਨੇ ਦੋ ਤੋਂ ਤਿੰਨ ਕੁਇੰਟਲ ਪ੍ਰਤੀ ਘੰਟੇ ਦੇ ਹਿਸਾਬ ਨਾਲ ਲੱਗਦੀਆਂ ਨੇ ਤੇ ਇਹ ਜਿਹੜੀਆਂ ਮਸ਼ੀਨਾਂ ਉਹਦੇ ਉੱਪਰ ਵੀ 2 ਤੋਂ 3 ਲੱਖ ਦਾ ਜਿਹੜਾਗਾ ਉਹ ਖਰਚਾ ਆਉਂਦਾਗਾ ਉਸ ਤੋਂ ਬਾਅਦ ਜੇ ਅਸੀਂ ਕੋਲੂ ਦੀ ਗੱਲ ਕਰਦੇ ਆ ਤਾਂ ਜਿਹੜੇ ਕਿਸਾਨ ਵੀਰੋ ਸਾਡੇ ਕੋਲੇ 1 ਤੋਂ ਲੈ ਕੇ 3 ਕੁਇੰਟਲ ਤੱਕ ਦੇ ਜਿਹੜੇ ਹੈਗੇ ਆ ਇੱਕ ਸਮਰਥਾ ਨਾਲ ਚੱਲਣ ਵਾਲੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਹ ਕੋਲੂ ਆਪਣੇ ਕੋਲੇ ਪੰਜਾਬ ਦੇ ਵਿੱਚ ਹੀ ਤਾਰਨ ਤਾਰਨ ਬਟਾਲਾ ਰਾਜਪੁਰਾ ਇੱਕ ਲੁਧਿਆਣਾ ਕਈ ਸਾਰੇ ਜਿਹੜੇ ਹੈਗੇ ਆ ਉਹ ਉਥੋਂ ਅਸੀਂ ਅਸੀਂ ਪ੍ਰਾਪਤ ਕਰ ਸਕਦੇ ਆ ਪਰ ਜ਼ਿਆਦਾਤਰ ਜਿਹੜੀ ਆਪਾਂ ਕਹੀਏ ਕਿ ਉਪਲਬਧਤਾ ਦੇ ਹਿਸਾਬ ਨਾਲ ਕਿ ਸਾਡੇ ਕੋਲੇ ਕਿਸੇ ਜਿਹੜੀ ਰਾ ਮਟੀਰੀਅਲ ਆ ਉਹਦੀ ਉਪਲਬਧਤਾ ਕਿੰਨੀ ਆ ਤਾਂ 1.5 ਕੁਇੰਟਲ ਦਾ ਜਿਹੜਾ ਹੈਗਾ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੋਲੂ ਜਿਹੜਾ ਉਹ ਬਿਲਕੁਲ ਠੀਕ ਬੈਠਦਾ ਹੈਗਾ ਜਿਹਦੀ ਜਿਹੜੀ ਕੁੱਲ ਲਾਗਤ ਜਿਹੜੀ ਆ ਉਹ 3 ਲੱਖ ਦੇ ਕਰੀਬ ਆਉਂਦੀ ਹੈ ਜਿਹਦੇ ਵਿੱਚ ਨਾਲ ਹੀ ਜਿਹੜਾਗਾ ਫਿਲਟਰ ਲੱਗਿਆ ਹੁੰਦਾ ਹੈ ਜਿਹੜਾ ਤੇਲ ਨੂੰ ਬਿਲਕੁਲ ਸਾਫ਼ ਕਰਕੇ ਉਸ ਤੋਂ ਬਾਅਦ ਅਸੀਂ ਬੋਤਲਾਂ 'ਚ ਪੈਕ ਕਰਕੇ ਤੇ ਉਹਦੋਂ ਜਿਹੜਾ ਅਸੀਂ ਚਾਹਾਂਗੀ ਕਿ ਜਿਵੇਂ ਆਪਾਂ ਸਰੋਂ ਹੈ ਜੇ ਉਹਨੂੰ ਕੱਲੀ ਵਿਵੇਚਦੇ ਹੈਗੇ ਆ ਤਾਂ ਉਹਦੇ ਵਿੱਚੋਂ ਜਿਹੜਾ ਹੈਗਾ ਸਾਨੂੰ ਜਿਹੜਾ ਕੁਛਕ ਪੈਸੇ ਜਿਹੜੇ ਪ੍ਰਾਪਤ ਹੁੰਦੇ ਆ ਪਰ ਕਿਸਾਨ ਵੀਰੋ ਜੇਕਰ ਅਸੀਂ ਉਹਦੀ ਬੋਟਲ ਪੈਕਿੰਗ ਕਰਕੇ ਵੇਚਦੇ ਆ ਤਾਂ ਉਹਦੇ ਨਾਲ ਸਾਨੂੰ ਦੁੱਗਣਾ ਮੁਨਾਫਾ ਜਿਹੜਾ ਹੈਗਾ ਉਹ ਇਹਦੇ ਵਿੱਚੋਂ ਹੁੰਦਾਗਾ ਉਸ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਆਂ ਦਾਲਾਂ ਦੀ ਤਾਂ ਸਾਡਾ ਜਿਹੜਾ ਪੰਜਾਬ ਆ ਉਹ ਕਣਕ ਝੋਨੇ ਦੀ ਆਪਾਂ ਜਿਵੇਂ ਗੱਲ ਕੀਤੀ ਉਸ ਤੋਂ ਬਾਅਦ ਦਾਣਿਆਂ ਦੇ ਵਿੱਚ ਮੂੰਗੀ ਹੋਗੇ ਛੋਲੇ ਹੋਗੇ ਮਸਰ ਹੋਗੇ ਮਾਂ ਹੋਗੇ ਤੇ ਇਸ ਅਸੀਂ ਕਾਫੀ ਜ਼ਿਆਦਾ ਜਿਹੜੀ ਸਾਡੇ ਇੱਥੇ ਪ੍ਰੋਡਕਸ਼ਨ ਹੁੰਦੀ ਹੈ ਪਰ ਉਹਨੂੰ ਸਿੰਪਲ ਦਾਣਾਂ ਨੂੰ ਸਾਫ਼ ਕਰਕੇ ਤੇ ਉਸ ਤੋਂ ਬਾਅਦ ਗ੍ਰੇਡ ਕਰਕੇ ਜੇ ਉਹਨੂੰ ਪੈਕ ਕਰੀਏ ਤਾਂ ਉਹਦੇ ਨਾਲ ਦੁੱਗਣਾ ਜਿਹੜਾਗਾ ਉਹ ਮੁਨਾਫਾ ਹੁੰਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲੇ ਸਦਕਾ ਤੇ ਖੇਤੀ ਵਿਗਿਆਨ ਕੇਂਦਰ ਮੋਗਾ ਦੇ ਉਪਰਾਲੇ ਸਦਕਾ ਅਸੀਂ ਇੱਥੇ ਜਿਹੜੇ ਫਾਰਮਰਾਂ ਦੇ ਉਹ ਮੂੰਗੀ ਜਿਹੜੀ ਆ ਉਹਨੂੰ ਗ੍ਰੇਡ ਕਰਕੇ ਪੈਕ ਕਰਕੇ ਦੁੱਗਣੇ ਮੁੱਲ ਦੇ ਉੱਪਰ ਜਿਹੜੀ ਹੈਗੀ ਉਹਨਾਂ ਨੂੰ ਸੇਲ ਕਰਨ ਦੇ ਵੇਲੇ ਜਿਹੜਾ ਉਹਨਾਂ ਨੂੰ ਸਹਾਇਤਾ ਦਿੱਤੀ ਹੈ ਤੇ ਜਿਸ ਦੇ ਨਾਲ ਜਿਹੜਾਗਾ ਉਹਨਾਂ ਨੂੰ ਕਾਫੀ ਜ਼ਿਆਦਾ ਆਮਦਨ ਚਾਹਫਾ ਵੀ ਹੁੰਦਾਗਾ ਅੱਛਾ ਡਾਕਟਰ ਰਮਨਦੀਪ ਜੀ ਹੁਣ ਤੁਸੀਂ ਤੇਲ ਬੀਜਾਂ ਵਾਸਤੇ ਵੀ ਦਾਲਾਂ ਵਾਸਤੇ ਵੀ ਔਰ ਝੋਨੇ ਕਣਕ ਵਾਸਤੇ ਵੀ ਇਹ ਯੂਨਿਟ ਜਿਹੜਾ ਐਗਰੀ ਪ੍ਰੋਸੈਸਿੰਗ ਆਪਾਂ ਬਣਾ ਲਿਆ ਹਾਂਜੀ ਆਪਾਂ ਨੂੰ ਖਰਚਾ ਵੀ 15-16 ਲੱਖ ਰੁਪਈਆ ਸਾਡਾ ਆ ਗਿਆ ਤੇ ਗੱਲ ਇਹ ਹੈ ਕਿ ਇਹਨੂੰ ਆਪਾਂ ਹੁਣ ਕੰਮ ਸ਼ੁਰੂ ਕਰਨਾ ਹਾਂਜੀ ਹੈਨਾ ਤੇ ਇਹ ਕੰਮ ਸ਼ੁਰੂ ਕਿਹੜਾ ਬੰਦਾ ਕਰ ਸਕਦਾ ਤੁਹਾਡੀ ਸਿਫਾਰਿਸ਼ ਕੀ ਕਿਸਾਨ ਕਰੇ ਜਾਂ ਬੇਜਮੀਨਾ ਵੀ ਸਾਡਾ ਨੌਜਵਾਨ ਵੀਰ ਭੈਣ ਪਿੰਡਾਂ 'ਚ ਵੱਸਦੇ ਆਪਾਂ ਉਹ ਵੀ ਇਹ ਕੰਮ ਕਰ ਸਕਦੇ ਨੇ ਇਹਦੇ ਬਾਰੇ ਵੀ ਕੋਈ ਨਿਹਾਰੇ ਆਪਾਂ ਕੁਝ ਬਿਲਕੁਲ ਜੀ ਇਹ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਮਸ਼ੀਨਾਂ ਦੀ ਕੁੱਲ ਲਾਗਤ ਜਿਹੜੀ ਆ 20 ਲੱਖ ਦੇ ਕਰੀਬ ਜਿਹੜੀ ਸਾਨੂੰ ਆਉਂਦੀ ਹੈ ਤੇ ਇਹਦੇ ਲਈ 250 ਗੱਜ ਜਿਹੜੀ 36 ਹੋਈ ਜਗ੍ਹਾ ਸਾਨੂੰ ਉਹ ਚਾਹੀਦੀ ਹੈ ਤੇ ਨਾਲ ਨਾਲ ਅਸੀਂ ਕੋਸ਼ਿਸ਼ ਇਹ ਕਰੀਏ ਕਿਸਾਨ ਵੀਰੋ ਤੇ ਜਾਂ ਜਿਹੜਾ ਵੀ ਕੋਈ ਐਗਰੋ ਪ੍ਰੋਸੈਸਿੰਗ ਮਾਡਲ ਨੂੰ ਜਿਹੜਾਗਾ ਉਹ ਲਗਾਉਣਾ ਚਾਹੁੰਦਾਗਾ ਉਹ ਸ਼ੁਰੂਆਤ ਇੱਕ ਜਾਂ ਦੋ ਮਸ਼ੀਨ ਤੋਂ ਕਰ ਲਵੇ ਜਿਆਦਾ ਆਪਦੇ ਉੱਪਰ ਜਿਵੇਂ ਆਪਾਂ ਕਹੀਏ ਬੋਝ ਨਾ ਲਵੇ ਤੇ ਇੱਕ ਆਪਾਂ ਕੱਚੇ ਮਾਲ ਦੀ ਜਿਹੜੀ ਉਪਲਬਧਤਾ ਉਹਨੂੰ ਦੇਖੀਏ ਜੇਕਰ ਕੋਈ ਕਿਸਾਨ ਵੀਰ ਲਾਉਂਦਾ ਤਾਂ ਉਹਦੇ ਕੋਲ ਆਪਣੀ ਜ਼ਮੀਨ ਆ ਜਿਹਦੇ ਵਿੱਚੋਂ ਉਹ ਫਸਲ ਦੀ ਉਤਪਾਦਨ ਲੈ ਸਕਦਾ ਇਹਦੇ ਨਾਲ ਨਾਲ ਇੱਕ ਹੋਰ ਗੱਲ ਹੈ ਜੀ ਇਹਦੇ ਨਾਲ ਇੱਕ ਅਕਸੀ ਫਸਲੀ ਜਿਹੜੀ ਵਿਭਿੰਨਤਾ ਉਹਨੂੰ ਵੀ ਪਰਫੁੱਲਤ ਕਰਦੀਆਂ ਕਿਉਂਕਿ ਦੇਖੋ ਨਾਲ ਮਸਾਲੇ ਵੀ ਆ ਜਿਵੇਂ ਅਸੀਂ ਗੱਲ ਕਰਦੇ ਹਾਂ ਦਾਣਾਂ ਵੀ ਹੋਗੀਆਂ ਜਾਂ ਕਣਕ ਝੋਨਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜੇ ਆਪਾਂ ਹਲਦੀ ਦੀ ਖੇਤੀ ਗੰਨੇ ਦੀ ਖੇਤੀ ਜਿਹੜੀ ਆ ਉਹ ਵੀ ਜਿਹੜੀ ਆ ਪ੍ਰੋ ਉਹਨਾਂ ਸਮੇਂ ਦੇ ਨਾਲ ਹੋ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਚਾਹੇ ਬੇਜਮੀਨਾ ਵੀ ਬੰਦਾਗਾ ਤੇ ਜਦੋਂ ਉਹ ਇਹਨਾਂ ਮਸ਼ੀਨਾਂ ਨੂੰ ਲਾਉਣਾ ਚਾਹੁੰਦਾਗਾ ਤਾਂ ਲਘੂ ਉਦਯੋਗ ਜਿਹੜਾ ਵਿਭਾਗ ਆ ਉਹਦੇ ਵੱਲੋਂ ਜਿਹੜੀ ਹੈਗੀ ਆ ਇਹਦੇ ਵਿੱਚ ਵਿੱਤੀ ਸਹਾਇਤਾ ਜਿਹੜੀ ਆਪਾਂ ਕਹਿੰਦੇ ਸਬਸਿਡੀ ਆ ਮਸ਼ੀਨਾਂ ਦੇ ਉੱਪਰ ਉਹ 35% ਔਰਤਾਂ ਦੇ ਲਈ ਦਿੱਤੀ ਜਾਂਦੀ ਹੈ ਜਾਂ ਜਿਹੜੇ ਆਪਣੇ ਕੋਲੇ ਐਸੇ ਫਾਰਮਰ ਪਛਣੀਆਂ ਜਾਂਦੀਆਂ ਜਿਹੜੀਆਂ ਆ ਜਾਂਦੀਆਂ ਉਹਨਾਂ ਦੇ ਲਈ ਇਹ 50% ਤੱਕ ਹੈਗੀ ਹੈ ਜੀ ਤੇ ਜਿਹੜੇ ਸਾਡੇ ਕੋਲੇ ਵੀਰਪੈਣ ਜਿਹੜੇ ਕਿਸਾਨ ਵੀਰ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਆ 15 ਤੋਂ ਜਿਹੜੀ 20% ਤੱਕ ਸਬਸਿਡੀ ਹੈ ਜਿਹੜੀ ਉਹ ਇਹਦੇ ਦੀ ਜਾਂਦੀ ਹੈ। ਕੀ ਬਾਤ ਹੈ। ਸੋ ਗੱਲ ਇਹ ਹੈ ਕਿ ਸਬਸਿਡੀ ਵੀ ਜਿਹੜੀ ਹੈ ਉਹ ਉਪਲਬਧ ਹੋ ਸਕਦੀ ਹੈ ਔਰ ਨਾਲ ਦੇ ਨਾਲ ਜ਼ਰੂਰੀ ਸਖਲਾਈ ਵੀ ਹੁੰਦੀ ਹੈ। ਸੋ ਸਖਲਾਈ ਵੀ ਜੇ ਹੋਵੇ ਨਾਲ سرمਾਇਆ ਵੀ ਆਪਾਂ ਨੂੰ ਮਿਲ ਜਾਵੇ। ਬੈਂਕਾਂ ਦੀ ਤੁਸੀਂ ਕਹੇ ਮਦਦ ਵੀ ਆਪਾਂ ਨੂੰ ਮਿਲ ਸਕਦੀ ਹੋਏਗੀ। ਸਖਲਾਈ ਸਾਨੂੰ ਕਿੱਥੋਂ ਮਿਲ ਸਕਦੀ ਹੈ? ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਖਲਾਈ ਦਿੰਦੀ ਹੈ? ਉਹ ਸਖਲਾਈ ਦਾ ਕਿੱਦਾਂ ਦਾ ਤੁਸੀਂ ਉਪਰਾਲੇ ਕਰ ਰਹੇ ਕਿ ਕਿਸ ਵਿਗਿਆਨ ਕੇਂਦਰ ਵਿਖੇ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜੇ ਸਾਡਾ ਕਿਸਾਨ ਕੋਈ ਚਾਵੇ। ਇਹ ਐਗਰੀ ਪ੍ਰੋਸੈਸਿੰਗ ਕੋਰਸ ਲਗਾਉਣਾ ਤੇ ਸਿਖਲਾਈ ਕਿੱਥੋਂ ਲੈ ਸਕਦਾ ਬਿਲਕੁਲ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਤੇ ਕਿਸੇ ਵੀ ਗਿਆਨ ਕੇਂਦਰ ਮੋਗਾ ਵਿਖੇ ਵੀ ਜਿਹੜੇ ਆ ਇਹਦੇ ਸਿਖਲਾਈ ਦੇ ਜਿਹੜੇ ਕੋਰਸ ਹੈ ਸਾਲ 'ਚ ਦੋ ਵਾਰੀ ਲੱਗਦੇ ਹੈਗੇ ਆ ਜਿਹਦੇ ਵਿੱਚ ਬਕਾਇਦਾ 6-7 ਦਿਨਾਂ ਦਾ ਜਿਹੜਾ ਇਹ ਕੋਰਸ ਕਰਾਇਆ ਜਾਂਦਾ ਜਿਹਦੇ ਵਿੱਚ ਸਰਟੀਫਿਕੇਟ ਵੀ ਜਿਹੜਾਗਾ ਉਹ ਯੂਨੀਵਰਸਿਟੀ ਵੱਲੋਂ ਜਿਹੜਾਗਾ ਮਾਨਤਾ ਪ੍ਰਾਪਤ ਉਹ ਕਿਸਾਨ ਵੀਰ ਨੂੰ ਦਿੱਤਾ ਜਾਂਦਾਗਾ ਤੇ ਉਸ ਵਿੱਚ ਭਾਗ ਲੈਣ ਵਾਲੇ ਜਿਹੜਾ ਕੋਈ ਵੀ ਭਾਗੀਦਾਰ ਜਿਹੜਾ ਉਹ ਇਹਦੇ ਵਿੱਚ ਪ੍ਰਾਪਤ ਕਰ ਸਕਦਾਗਾ ਤੇ ਇਸ ਤੋਂ ਇਲਾਵਾ ਜਿਹੜੀ ਅਸੀਂ ਸਾਡੇ ਕੋਲੇ ਆਪਾਂ ਕਹੀਏ ਕਿ ਅਸੀਂ ਭ ਕਿ ਮੋਗੇ ਜ਼ਿਲ੍ਹੇ ਦੇ ਵਿੱਚ 8 ਜਿਹੜੇ ਐਗਰੋ ਪ੍ਰੋਸੈਸਿੰਗ ਯੂਨਿਟ ਜਿਹੜੇ ਆ ਉਹ ਲੱਗ ਚੁੱਕੇ ਨੇ ਤੇ ਉਹਨਾਂ ਦੇ ਉੱਪਰ ਜਿਹੜੀ ਆ ਅਸੀਂ ਵਿਜ਼ਿਟ ਵੀ ਕਰਾਉਨੇ ਆ ਤਾਂ ਕਿ ਜਿਹੜਾਗਾ ਉਹ ਪ੍ਰੈਕਟੀਕਲੀ ਜਿਹੜਾਗਾ ਉਹਨਾਂ ਨੂੰ ਹੱਥ ਜਿਹੜਾਗਾ ਉਹ ਵੀ ਉਹਦੇ ਵਿੱਚ ਜਿਹੜਾਗਾ ਪ੍ਰਾਪਤ ਹੋਵੇ ਤੇ ਕਿਸਾਨ ਜਿਹੜੇ ਆ ਆਪਣੇ ਉਦਯੋਗ ਨੂੰ ਵਧੀਆ ਤਰੀਕੇ ਚਲਾ ਸਕਣ ਬਿਲਕੁਲ ਜੀ ਜਦੋਂ ਸਾਨੂੰ ਤਕਨੀਕੀ ਗਿਆਨ ਮਿਲ ਗਿਆ ਫਿਰ ਸਾਨੂੰ ਸਬਸਿਡੀ ਜਿਹੜੀ ਇਹ ਉਹ ਮਿਲ ਗਈ ਤੇ ਨਾਲ ਤੁਸੀਂ ਕਿਹਾ ਕਿ ਸਰਟੀਫਿਕੇਟ ਵੀ ਖੇਤੀ ਵਿਗਿਆਨ ਕੇਂਦਰ ਜਾਂ PAU ਵੱਲੋਂ ਕਿਸਾਨ ਨੂੰ ਮਿਲ ਸਕਦਾ ਤੇ ਫਿਰ ਸੋਨੇ ਦੀ ਸੁਹਾਗੇ ਵਾਲੀ ਗੱਲ ਹੋ ਜਾਂਦੀ ਏ ਫਿਰ ਕੰਮ ਵਧੀਆ ਢੰਗ ਨਾਲ ਸੀ ਸ਼ੁਰੂ ਕਰ ਸਕਨੇ ਆ ਅੱਛਾ ਹੁਣ ਮਨ ਚ ਵੀ ਗੱਲ ਆਉਂਦੀ ਏ ਕਿ ਰੁਪਈਆ 20 ਕੋ ਲੱਖ ਰੁਪਈਆ ਤੁਸੀਂ ਕਿਹਾ ਕਿ ਜਰੂਰ ਦਾ ਇਹ ਜਿਹੜੇ 4 ਵੱਖ-ਵੱਖ ਪਲਾਂਟ ਆਪਾਂ ਲਗਾਉਣੇ ਆ ਉਹਦਾ ਸਾਡਾ ਖਰਚਾ ਆ ਗਿਆ ਤੇ ਨਾਲ 250 ਗੱਜ ਜਗ੍ਹਾ ਵੀ ਸਾਡੇ ਕੋਲ ਚਾਹੀਦੀ ਏ ਇਹ سرمਾਇਆ ਵੀ ਬਥੇਰਾ ਹੈਗਾ ਭਾਵੇਂ ਸਬਸਿਡੀ ਮਿਲ ਜਾਣੀ ਏ ਪਰ ਇੱਕ ਵਾਰੀ ਪਹਿਲੇ ਆਪਾਂ ਨੂੰ ਖਰਚਨੇ ਪੈਣਗੇ ਸੋ ਮੁਨਾਫੇ ਦੀ ਗੱਲ ਕਰੀਏ ਐ ਕਿੰਨਾ ਕੋ ਮਨਾਫਾ ਆ ਤੁਸੀਂ ਸਮਝ ਦਿਓ ਕਿ ਪਰਿਵਾਰ ਵਾਸਤੇ ਜਾਂ ਜਿਹੜਾ ਕਿਸਾਨ ਜਿਹੜਾ ਜਾਂ ਬੇਜਮੀਨਾ ਸਾਡਾ ਨੌਜਵਾਨ ਵੀਰ ਇਹ ਭੈਣੇ ਬਾਹਰ ਬਾਹਲੇ ਮੁਲਕਾਂ ਨੂੰ ਜਾਣੇ ਆ ਕਿ ਸਾਨੂੰ ਇੱਥੇ ਜੇ ਆਪਾਂ ਇਹ ਕੰਮ ਕਰੀਏ ਤੇ ਕਿੰਨੀ ਕੁ ਆਮਦਨ ਸਾਨੂੰ ਮਹੀਨੇ ਦੀ ਹੋ ਸਕਦੀ ਹੈ ਬਿਲਕੁਲ ਜੀ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਮਸ਼ੀਨਾਂ ਦੀ ਜਿਹੜੀ ਲਾਗਤ ਆ ਉਹ ਕਾਫੀ ਆ ਜਾਂਦੀ ਹੈ ਪਰ ਅਸੀਂ ਇਹੀ ਇਸੇ ਲਈ ਕਿਸਾਨ ਵੀਰ ਨੂੰ ਕਹਿੰਨੇ ਆ ਕਿ ਤੁਸੀਂ ਇੱਕ ਜਾਂ ਦੋ ਮਸ਼ੀਨ ਤੋਂ ਸ਼ੁਰੂਆਤ ਕਰੋ ਜਗਾ ਇੰਨੀ ਕ ਰੱਖ ਕੇ ਚੱਲੋ ਕਿ ਤੁਸੀਂ ਕੱਲ ਨੂੰ ਉਹਦੇ ਵਿੱਚ ਵੱਧ ਜਿਹੜੀਆਂ ਮਸ਼ੀਨਾਂ ਲਾ ਸਕੋ ਇਹਦੇ ਵਿੱਚ ਜਿਹੜੀ ਅਸੀਂ ਮੋਟਰ ਦੀ ਫਿਟਿੰਗ ਇਸ ਤਰੀਕੇ ਨਾਲ ਕਰਾਉਂਦੇ ਆ ਮਾਡਲ ਦੇ ਵਿੱਚ ਤਾਂ ਕਿ ਇੱਕੋ ਪੁਲੀ ਦੇ ਉੱਤੇ ਜਿਹੜੀਆਂ ਬਾਕੀ ਮਸ਼ੀਨਾਂ ਜਿਹੜੀਆਂ ਉਹ ਚੱਲ ਸਕਣ ਅਲੱਗ-ਅਲੱਗ ਸਮੇਂ ਦੇ ਉੱਪਰ ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਮੁਨਾਫੇ ਦੀ ਤਾਂ ਜਿਹੜੇ ਇਹਦੇ ਵਿੱਚ ਸਾਡੇ ਗਾਂਵ ਵੱਧੂ ਕਿਸਾਨ ਨੇ ਜਿਨ੍ਹਾਂ ਨੇ ਇਸ ਮਾਡਲ ਨੂੰ ਬਹੁਤ ਚੱਜੇ ਢੰਗ ਨਾਲ ਚਲਾਇਆ ਤੋਂ 50000 ਤੋਂ ਲੈ ਕੇ 1.5 ਲੱਖ ਰੁਪਇਆ ਪਰ ਮਹੀਨਾ ਜਿਹੜੀ ਹੈਗੀ ਆ ਉਹ ਇਹਦੇ ਵਿੱਚੋਂ ਕਮਾਈ ਕਰ ਰਹੇ ਨੇ ਤੇ ਆਪ ਦਾ ਜਿਹੜਾ ਕਰਦਾ ਵੀ ਖਰਚਾ ਤੇ ਇਹਦੇ ਨਾਲ ਨਾਲ ਜਿਹੜੇ ਆਪਦੇ ਬੱਚਿਆਂ ਦੀ ਬਹੁਤ ਸੋਹਣੀ ਉਹਨਾਂ ਨੇ ਪੜ੍ਹਾਈ ਲਿਖਾਈ ਦੇ ਵਿੱਚ ਜਿਹੜੀ ਆ ਉਹ ਸੈਟਲਮੈਂਟ ਕੀਤੀ ਹੋਈ ਡਾਕਟਰ ਰਮਨਦੀਪ ਜੀ ਇਸ ਤੋਂ ਲਵਾ ਦੇਖੋ ਚਾਰ ਤੁਸੀਂ ਵੈਸੇ ਕਿਹਾ ਕਿ ਕਾਫੀ ਹੋਰ ਵੀ ਤੁਸੀਂ ਇਹ ਚ ਐਡੀਸ਼ਨ ਕਰ ਸਕਦੇ ਹੋ ਹੋਰ ਕਿਹੜੇ ਕਿਹੜੇ ਕੰਮ ਪੰਜਾਬ ਦੇ لحاظ ਦੇ ਨਾਲ ਜੀ ਗੱਲ ਕਰੀਏ ਸਾਡੇ ਕੋਲ ਕਮਾਦ ਦੀ ਫਸਲ ਵੀ ਹੈ ਹਲਦੀ ਦੀ ਕਾਸ਼ਟ ਵੀ ਹੁੰਦੀ ਹੈ ਫੁੱਲਾਂ ਦੀ ਖੇਤੀ ਵੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਸਾਡੇ ਕਿਸਾਨ ਵੀਰ ਕਰਦੇ ਰਹਿੰਦੇ ਨੇ ਕੀ ਆਪਾਂ ਹੌਲੀ-ਹੌਲੀ ਇਹ ਐਗਰੀ ਪ੍ਰੋਸੈਸਿੰਗ ਜਿਹੜਾ ਸਾਡੇ ਲੱਗ ਜਾਵੇ ਆਪਾਂ ਬਾਕੀ ਫਸਲਾਂ ਵਾਲੇ ਪਾਸੇ ਵੀ ਜਾ ਸਕਨੇ ਹਾਂ ਜੇ ਸਾਨੂੰ ਬਾਕੀ ਫਸਲਾਂ ਦਾ ਰਾਮ ਟੈਰੀ ਮਿਲਦਾ ਹੋਵੇ ਹਾਂਜੀ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਮਾਦ ਦੀ ਗੱਲ ਕੀਤੀ ਹੈ ਤਾਂ ਹੁਣ ਕਿਸਾਨ ਵੀਰ ਬਹੁਤ ਜ਼ਿਆਦਾ ਸੁਚੇਤ ਨੇ ਤੇ ਸਾਡੀ ਵੈਸੇ ਵੀ ਜਿਹੜੀ ਖਪਤਕਾਰ ਦੀ ਆਪਾਂ ਡਿਮਾਂਡ ਦੇ ਉੱਤੇ ਹੀ ਗੱਲ ਕਰਦੇ ਗਏ ਤਾਂ ਸਾਨੂੰ ਪਹਿਲਾਂ ਹੀ ਉਹ ਚੀਜ਼ ਕਰਨੀ ਉਹਦੇ ਵਿੱਚ ਕੀ ਹੈਗਾਗਾ ਕਿ ਜਿਹੜਾ ਕਮਾਦ ਤੋਂ ਜਿਹੜਾ ਬਣਦਾ ਗੁੜ ਜਿਹੜਾ ਹੈਗਾ ਉਹਦੀ ਡਿਮਾਂਡ ਹੁਣ 슈ਗਰ ਦੇ ਜਿਵੇਂ ਆਪਾਂ ਕਹੀਏ ਕਿ ਲੋਕਾਂ ਨੂੰ ਜਿਵੇਂ ਜਿਵੇਂ ਸੁਚੇਤਤਾ ਆ ਰਹੀ ਆ ਪੋਸਟਿਕ ਤੱਤਾਂ ਬਾਰੇ ਪਤਾ ਲੱਗ ਰਿਹਾ ਭੋਜਨ ਦੇ ਪ੍ਰਤੀ ਉਹ ਜਾਦਾ ਸੁਚੇਤ ਹੋ ਰਹੇ ਨੇ ਤਾਂ ਗੁੜ ਦੀ ਡਿਮਾਂਡ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਸਫਲ ਕੀਤਾਗਾ ਜਿਸ ਨੂੰ ਕਿਸਾਨ ਵੀਰ ਸ਼ੁਰੂ ਕਰ ਸਕਦੇ ਆ ਕੁਸ਼ਕ ਲਾਗਤ ਦੇ ਨਾਲ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾਗਾ ਗੁੜ ਦੇ ਕਈ ਸਾਰੇ ਉਤਪਾਦ ਵੀ ਆ ਗੰਨੇ ਗੁੜ ਤੋਂ ਗੰਨੇ ਤੋਂ ਬਣਿਆ ਜਿਹੜਾ ਗੁੜ ਦੀ ਬਰਫੀ ਹੈ ਜਾਂ ਚਾਹ ਵਾਲਾ ਜਿਹੜਾ ਆਪਾਂ ਕਹਿੰਦੇ ਨਾ ਕਿ ਗੁੜ ਪੀਸ ਉਹਨਾਂ ਹੀ ਕਟਿਆ ਵਾ ਕਿ ਆਸਾਨੀ ਨਾਲ ਉਹ ਆਪਦੀ ਚਾਹ ਚ ਪਾਉਣ ਤੇ ਉਹਨਾਂ ਨੂੰ ਤਿਆਰ ਚਾਹ ਮਿਲ ਜੇ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਦੇ ਤੋਂ ਮੁੱਲ ਵਧਾਊ ਉਤਪਾਦ ਪੈਦਾ ਕਰਕੇ ਜਿਹੜੀ ਆਪਦੀ ਆਮਦਨ 'ਚ ਇਜਾਫਾ ਕਰ ਸਕਦੇ ਹਨ ਸੋ ਗੱਲ ਇਹ ਕਿ ਇੱਕ ਵਾਰੀ ਆਪਾਂ ਜੇ ਇਹ ਕੰਮ ਆਰੰਭ ਦਈਏ ਤੇ ਫਿਰ ਹੌਲੀ-ਹੌਲੀ ਜਿਉਂ-ਜਿਉਂ ਸਾਡੇ ਕੋਲ ਖਪਤਕਾਰ ਆਉਣਗੇ ਤੇ ਮੰਡੀ ਕਾਰੀ ਸਾਡੀ ਮਜ਼ਬੂਤ ਹੋਏਗੀ ਤੇ ਫਿਰ ਡਿਮਾਂਡ ਸਪਲਾਈ ਦਾ ਫਾਰਮੂਲਾ ਚੱਲ ਜਾਂਦਾ ਫਿਰ ਅਸੀਂ ਹੋਰ ਕੰਮ ਵੀ ਨਾਲ ਸ਼ੁਰੂ ਕਰ ਸਕਨੇ ਆ ਡਾਕਟਰ ਰਮਨਦੀਪ ਜੀ ਸਬਜ਼ੀਆਂ ਦਾ ਰਕਬਾ ਸਾਡੇ ਸੂਬੇ 'ਚ ਕਾਫੀ ਹੈ ਔਰ ਸਾਡੇ ਕਿਸਾਨ ਬਾਗਬਾਨ ਵੀ ਹੈਗੇ ਨੇ ਕੀ ਤੁਸੀਂ ਮਾਹਿਰ ਹੋ ਕੀ ਉਹਨਾਂ ਦੀ ਪ੍ਰੋਸੈਸਿੰਗ ਵਾਸਤੇ ਵੀ ਕੋਈ ਨਾ ਕੋਈ ਕੰਮ ਆਪਾਂ ਕਿਹੜਾ ਕੰਮ ਹੋ ਸਕਦਾ ਹੈ ਉਹਨਾਂ ਦੀ ਪ੍ਰੋਸੈਸਿੰਗ ਦੀ ਗੱਲ ਕਰੀ ਅੱਜ ਮਟਰਾਂ ਦੀ ਖੇਤੀ ਵੀ ਕਾਫੀ ਕਿਸਾਨ ਕਰਦੇ ਆ ਹੋਰ ਵੀ ਬੜੇ ਉਪਰਾਲੇ ਕਿਸਾਨ ਵੀ ਕਰਨ ਲੱਗ ਪਏ ਆ ਉਹਨਾਂ ਵਾਸਤੇ ਵੀ ਯੂਨੀਵਰਸਿਟੀ ਜਾਂ ਕੇਵੀਕੋ ਕੋ ਸਿਖਲਾਈ ਦਿੰਦਾ ਕਿ ਉਹਦੀ ਪ੍ਰੋਸੈਸਿੰਗ ਵਾਸਤੇ ਵੀ ਗਾਂਵ ਵੱਧ ਸਕੀ ਬਿਲਕੁਲ ਜੀ ਫਲਾਂ ਤੇ ਸਬਜ਼ੀਆਂ ਦੀ ਦੇਖੋ ਜਿਹੜੀਆਂ ਸਭ ਤੋਂ ਆਪਾਂ ਕਹਿੰਗੇ ਪੈਰੀਸ਼ੀਬਲ ਕ੍ਰੌਪ ਹੁੰਦੀਆਂ ਜਿਹੜੀਆਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਤਾਂ ਉਹਨੂੰ ਸਾਂਭ ਸੰਭਾਲ ਦੇ ਲਈ ਤਾਂ ਕਿ ਸਾਡੇ ਕੋਲ ਸਾਰਾ ਸਾਲ ਸਬਜ਼ੀ ਚੱਲ ਸਕੇ ਤਾਂ ਸਭ ਤੋਂ ਸੌਖਾ ਤੇ ਸਰਲ ਤਰੀਕਾ ਜਿਹੜਾ ਹੈਗਾ ਉਹ ਉਹਨੂੰ ਸੁਕਾ ਕੇ ਰੱਖੰਦਾ ਹੈ ਪੁਰਾਣੇ ਸਮੇ ਤੋਂ ਹੀ ਚੱਲਦਾ ਆ ਰਿਹਾ ਹੈਗਾ ਤੇ ਜਿਹਦੇ ਕਰਕੇ ਜ਼ਰੂਰਤ ਇਹੀ ਹੈ ਕਿ ਜੇਕਰ ਅਸੀਂ ਆਪਣੀਆਂ ਜਿਹੜੀਆਂ ਫਲਾਂ ਸਬਜ਼ੀਆਂ ਨੂੰ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਚਾਹੇ ਤਾਂ ਪਾਊਡਰ ਬਣਾ ਲਈਏ ਜਿਵੇਂ ਆਪਾਂ ਮਸਾਲਿਆਂ ਦੀ ਗੱਲ ਕਰਦੇ ਆ ਮਿਰਚਾਂ ਨੂੰ ਸੁਕਾ ਕੇ ਉਹਦਾ ਪਾਊਡਰ ਬਣਾਉਣਾ ਜਾਂ ਫਿਰ ਜਿਹੜੀ ਹੈਗੀ ਆਪਾਂ ਮਸਾਲੇ ਜਿਹੜੇ ਗਰਮ ਮਸਾਲੇ ਹੈਗੇ ਆ ਉਹਨਾਂ ਤੋਂ ਜਿਹੜਾ ਪਾਊਡਰ ਤਿਆਰ ਕਰਨਾ ਹਲਦੀ ਤੋਂ ਪਾਊਡਰ ਤਿਆਰ ਕਰਨਾ ਜਾਂ ਫਿਰ ਜਿਹੜੇ ਕਰੇਲੇ ਆ ਉਹਨੂੰ ਪ੍ਰੀਕ ਪੀਸਾਂ ਚ ਕੱਟ ਕੇ ਜਿਬੜਾ ਨੂੰ ਸਕਾ ਕੇ ਸਾਡੇ ਪੁਰਾਣੇ ਰਵਾਇਤੀ ਤਰੀਕੇ ਨੇ ਜੀ ਸਬਜ਼ੀਆਂ ਨੂੰ ਸੰਭਾਲਣ ਦੇ ਪਾਲਕ, ਮੇਥੀ ਸਾਡੇ ਕੋਲੇ ਹੈਗੀ ਆ ਤੇ ਕੜੀ ਪੱਤਾ ਗਾ ਜਾਂ ਹੋਰ ਜਿੰਨੀਆਂ ਵੀ ਆਪਣੇ ਕੋਲੇ ਹਰੀਆਂ ਪੱਤੇਦਾਰ ਸਬਜ਼ੀਆਂ ਸਰਦੀਆਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਅਸੀਂ ਸਕਾ ਕੇ ਕਿਉਂਕਿ ਸਾਡੇ ਕੋਲੇ ਦੇਖੋ ਜੀ ਕੁਦਰਤ ਵੱਲੋਂ ਹੀ ਮੌਸਮ ਤੇ ਜ਼ਮੀਨ ਦੋਨੋਂ ਹੀ ਜਿਹੜੀ ਹੈਗੀ ਆ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਨੂੰ ਮਿਲੇ ਹੋਏ ਨੇ ਸੋਹਣੇ ਤੋਹਫੇ ਵਾਲੀ ਗੱਲ ਹੈਗੀ ਆ ਕਿ ਜਦੋਂ ਸਹੀ ਉਸ ਧੁੱਪ ਦਾ ਜਿਹੜਾ ਮੌਸਮ ਉਹਦੇ ਹੀ ਆਉਂਦਾ ਜਦੋਂ ਸਾਡੀਆਂ ਹਰੀਆਂ ਪੱਤੇਦਾਰੀਆਂ ਸਬਜ਼ੀਆਂ ਨੇ ਕਾ ਕੇ ਉਹਨਾਂ ਨੂੰ ਅਸੀਂ ਪੈਕ ਕਰਕੇ ਜਿਹੜਾਗਾ ਉਹ ਸਾਰਾ ਸਾਲ ਵਰਤ ਸਕਦੇ ਆ ਤੇ ਉਹਦੀ ਜਿਹੜੀ ਆ ਅਸੀਂ ਕਿ ਜਿਹੜੀ ਆ ਵਰਤੋਂ ਚ ਲਿਆ ਸਕਦੇ ਹੈਗੇ। ਸੋ ਬੜੀ ਚੰਗੀ ਗੱਲ ਏ ਕਿ ਸਾਡੇ ਕੋਲ ਅਸੀਂ ਖੁਸ਼ਕਿਸਮਤ ਆ ਕਿ ਖੇਤੀਬਾੜੀ ਵਿਗਿਆਨ ਕੇਂਦਰ ਸਾਡੇ ਕੋਲ ਪੰਜਾਬ ਦੇ ਹਰ ਜ਼ਿਲ੍ਹੇ ਚ ਉਪਲਬਧ ਹੈਗੇ ਨੇ ਔਰ ਸਾਡੀਆਂ ਭੈਣਾਂ ਜਿਹੜੀਆਂ ਖਾਸ ਤੌਰ ਤੇ ਆਪਾਂ ਜੀ ਗੱਲ ਕਰੀਏ ਆਚਾਰ ਮਰਬੇ ਚਟਨੀਆਂ ਸਕੁਐਸ਼ ਇਹਦੀਆਂ ਸਿਖਲਾਈਆਂ ਵੀ ਤੁਸੀਂ ਦਿੰਦੇ ਹੋ। ਇਹ ਡਾਕਟਰ ਸਾਹਿਬ ਜੀ ਸਿਖਲਾਈਆਂ ਦੀ ਗੱਲ ਕਰੀਏ ਤੇ ਮਨ ਚ ਇੱਕ ਸਵਾਲ ਆਉਂਦਾ ਹੈ। ਕਿ ਸਖਲਾਈਆਂ ਤੁਸੀਂ ਕਿਹਾ ਕਿ ਸਾਲ 'ਚ ਦੋ ਵਾਰੀ ਪ੍ਰੋਸੈਸਿੰਗ ਦੀ ਸਖਲਾਈ ਹੈ ਅਗਰੀ ਪ੍ਰੋਸੈਸਿੰਗ ਦੀ ਤੇ ਬਾਕੀ ਸਖਲਾਈਆਂ ਵੀ ਚਲਦੀਆਂ ਹੋਣਗੀਆਂ ਕਿਸਾਨ ਨੂੰ ਕਿਵੇਂ ਪਤਾ ਲੱਗੇ ਵੀ ਸਖਲਾਈ ਕਿੱਥੇ ਹੈਗੀ ਹੈ ਕਦੋਂ ਹੈਗੀ ਹੈ ਕਿ ਤੁਸੀਂ ਅਖਬਾਰ 'ਚ ਦਿੰਦੇ ਹੋ ਜਾਂ ਕਿਵੇਂ ਕਿਸਾਨ ਜਾਣਕਾਰੀ ਹਾਸਲ ਕਰ ਸਕਦਾ ਤਾਂ ਕਿ ਉਹ ਘਰ ਬੈਠੇ ਜੇ ਸਾਡੀ ਦੇਖੋ ਤੁਹਾਡੀਆਂ ਗੱਲਾਂ ਤੋਂ ਉਤਸ਼ਾਹ ਬੜਾ ਮਿਲਣ ਡਿਆ ਤੇ ਕਿਵੇਂ ਉਹ ਸਖਲਾਈ ਕਰ ਲੈ ਸਕਦੇ ਕਿੱਥੇ ਜਾਣ ਸਖਲਾਈ ਦੇ ਨਾਤੇ ਇਹਦੇ ਵਿੱਚ ਦੇਖੋ ਜੀ ਜਿਹੜੀ ਖੇਤੀ ਵਿਗਿਆਨ ਕੇਂਦਰ ਮੋਗਾ ਦਾ ਇੱਕ ਫੇਸਬੁੱਕ ਦੇ ਉੱਪਰ ਪੇਜ ਵੀ ਬਣਿਆ ਹੋਇਆ ਤੇ ਖੇਤੀ ਵਿਗਿਆਨ ਕੇਂਦਰ ਦੇ ਵੱਲੋਂ ਹਰ ਬਲਾਕ ਦੇ ਵਿੱਚ ਹਫਤੇ ਦੇ ਵਿੱਚ ਦੋ ਵਾਰੀ ਮੌਸਮੀ ਜਾਣਕਾਰੀ ਜਿਹੜੀ ਉਹ ਭੇਜੀ ਜਾਂਦੀ ਹੈ ਜਿਦੇ ਵਿੱਚ ਹਰ ਬਲਾਕ ਨੂੰ ਉਹਦੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੌਸਮ ਰਹੇਗਾ ਤੇ ਨਾਲ ਨਾਲ ਉਹਨਾਂ ਨੇ ਆਪਣੀਆਂ ਫਲਾਂ ਸਬਜ਼ੀਆਂ ਦੀ ਜਾਂ ਆਪਾਂ ਕਹੀਏ ਫਸਲਾਂ ਦੀ ਵੀ ਕੀ ਸਾਂਭ ਸੰਭਾਲ ਕਰਨੀ ਆ ਜਾਂ ਆਪਾਂ ਕਹੀਏ ਕਿ ਦਵਾਈਆਂ ਦਾ ਛੜਕਾ ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਦੱਸੀਆਂ ਜਾਂਦੀਆਂ ਉਸੇ ਹੀ ਗਰੁੱਪ WhatsApp ਦੇ ਜਿਹੜੇ ਥਰੂ ਅਸੀਂ ਜਿਹੜਾ ਉਹ ਮੈਸੇਜ ਪਾਉਂਦੇ ਰਹਿੰਦੇ ਹਾਂ ਸਮੇਂ-ਸਮੇਂ ਦੇ ਉੱਪਰ ਕਿ ਇਹ ਆਉਣ ਵਾਲੇ ਸਮੇਂ ਦੀਆਂ ਟ੍ਰੇਨਿੰਗਾਂ ਜਿਹੜੀਆਂ ਹੈਗੀਆਂ ਉਹ ਇੱਥੇ ਲੱਗ ਰਹੀਆਂ ਜਾਂ ਇਹ ਸਮਾਂ ਹੈਗਾਗਾ ਉਸ ਤੋਂ ਬਿਨਾਂ ਵੀ ਜਿਹੜੇ ਆ ਪੈਂਫਲੇਟ ਜਿਹੜੇ ਬਣਾ ਕੇ ਉਹ ਜਿਹੜੇ ਹੈਗੇ ਕਿਸਾਨ ਮੇਲਿਆਂ ਦੇ ਉੱਪਰ ਜਿਹੜੇ ਆ ਉਪਲਬਧ ਕਰਾਏ ਜਾਂਦੇ ਆ ਤਾਂ ਕਿ ਸਭ ਨੂੰ ਸੁਚੇਤ ਕੀਤਾ ਜਾ ਸਕੇ ਕਿ ਇੱਥੇ ਜਿਹੜੀ ਆ ਟ੍ਰੇਨਿੰਗ ਉਹ ਕਿਹੜੀ-ਕਿਹੜੀ ਲੱਗਦੀ ਆ ਸੋ ਗੱਲ ਇਹ ਹੈ ਕਿ ਸਾਡੇ ਕਿਸਾਨ ਵੀਰ ਨੂੰ ਜੁੜਨਾ ਪਊ ਤੁਹਾਡੇ ਨਾਲ ਔਰ ਜੇ ਬੰਦਾ ਜੁੜਿਆ ਰਹੂ ਤੇ ਫਿਰ ਉਹਨੂੰ ਪਤਾ ਲੱਗ ਜਾਏਗਾ ਕਿ ਸਖਲਾਈ ਕਦੋਂ ਹੋ ਰਹੀ ਹੈ ਤੇ ਕਿਵੇਂ ਆਪਾਂ ਸਖਲਾਈ ਪ੍ਰਾਪਤ ਕਰ ਸਕਦੇ ਹਾਂ ਨਾਲ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਆਪਾਂ ਗਾਇਬ ਗਏ ਕਿਸਵੀਂ ਗਿਆਨ ਕੇਂਦਰ ਜਾ ਕੇ ਆਪਣਾ ਨਾਮ ਹੀ ਲਹਾਈਏ ਕਿ ਮੈਂ ਸਖਲਾਈ ਲੈਣਾ ਚਾਹੁੰਨਾ ਆ ਜਾਂ ਚਾਹੁੰਨੀ ਆ ਤੇ ਮੈਨੂੰ ਦੱਸ ਦਿੱਤਾ ਜਾਵੇ ਤੁਸੀਂ ਦੱਸ ਦਿੰਦੇ ਅਜੇ ਡਾਕਟਰ ਮਨਦੀਪ ਜੀ ਹੁਣ ਸਭ ਤੋਂ ਮਹੱਤਵੰਗਾਲੇ ਹੁੰਦੀ ਹੈ ਮੰਡੀਕਾਰੀ ਦੀ ਦੇਖੋ ਆਪਾਂ ਪੈਦਾ ਸਾਰਾ ਕੁਝ ਕਰ ਲਿਆ ਤੁਸੀਂ ਕਿਹਾ ਕਿ ਪ੍ਰੋਸੈਸਿੰਗ ਬੜਾ ਵਧੀਆ ਕੰਮ ਹੈ ਔਰ ਬੰਦਾ ਕਰ ਵੀ ਲੈਂਦਾ ਹੈ ਉਹ ਪ੍ਰਾਲੇ ਵੀ ਕਰ ਲੈਂਦਾ ਕਈ ਵਾਰੀ ਇਹ ਮੰਡੀਕਾਰੀ ਪੱਖੋਂ ਆਪਾਂ ਫੇਲ ਹੋ ਜਾਂਦੇ ਆ ਸੋ ਤੁਸੀਂ ਮਾਹਿਰ ਹੋ ਮੰਡੀਕਾਰੀ ਆਪਾਂ ਨੂੰ ਕਿਦਾਂ ਕਰਨੀ ਚਾਹੀਦੀ ਇਹਨਾਂ ਸਾਰੀਆਂ ਐਗਰੀ ਪ੍ਰੋਸੈਸਡ ਜਿਹੜੀ ਆਪਾਂ ਮੁੱਲ ਵਧਾਉ ਉਤਪਾਦ ਆਪਾਂ ਤਿਆਰ ਕੀਤੇ ਆ ਉਹਨਾਂ ਦੀ ਪ੍ਰੋਸੈਸਿੰਗ ਤੇ ਕਰ ਲਈ ਬਾਅਦ ਮੰਡੀਕਾਰੀ ਕਿਵੇਂ ਕਰਨੀ ਹੈ ਹਾਂ ਬਿਲਕੁਲ ਜੀ ਦੇਖੋ ਜਿਹੜੀ ਸਭ ਤੋਂ ਮੁੱਢਲੀ ਜਿਹੜੀ ਗੱਲ ਆ ਉਹ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਸਾਡਾ ਜਿਹੜਾ ਪੈਦਾ ਕੀਤਾ ਵਾ ਉਹ ਪਦਾਰਥ ਉਹਨੂੰ ਅਸੀਂ ਮੰਡੀ 'ਚ ਵੇਚਣਾ ਕਿਵੇਂ ਹੈਗਾਗਾ ਸਭ ਤੋਂ ਪਹਿਲਾਂ ਜ਼ਰੂਰੀ ਕਿਸਾਨ ਵੀਰੋ ਗੱਲ ਇਹ ਹੈ ਕਿ ਜੇਕਰ ਅਸੀਂ ਆਪਣੀ ਡਿਮਾਂਡ ਪਹਿਲਾਂ ਦੇਖੀਏ ਏਰੀਏ ਦੀ ਕਿ ਡਿਮਾਂਡ ਕਿਸ ਚੀਜ਼ ਦੀ ਜ਼ਿਆਦਾ ਹੈ ਅਸੀਂ ਉਸ ਉਤਪਾਦ ਵਾਲੇ ਪਾਸੇ ਨੂੰ ਕੰਮ ਸ਼ੁਰੂ ਕਰੀਏ ਜੇਕਰ ਤੇਲ ਦੀ ਜਿਹੜੀ ਡਿਮਾਂਡ ਹੈ ਵੈਸੇ ਜਿਹੜੇ ਐਗਰੋ ਪ੍ਰੋਸੈਸਿੰਗ ਦਾ ਮਾਡਲ ਹੀ ਖੇਤੀਬਾੜੀ ਯੂਨੀਵਰਸਿਟੀ ਨੇ ਬੜਾ ਵਧੀਆ ਤਰੀਕੇ ਹੀ ਦਿੱਤਾ ਕਿ ਜਿਹਦੀ ਖਪਤ ਜਿਹੜੀ ਉਹ ਪਿੰਡਾਂ ਦੇ ਵਿੱਚ ਹੀ ਹੋਣ ਵਾਲੀ ਹੈ ਦੇ ਲਈ ਸਾਨੂੰ ਸਪੈਸ਼ਲ ਕਿਸੇ ਮੰਡੀ ਦੇ ਲਈ ਜਾਂ ਬਾਜ਼ਾਰ ਦੇ ਵਿੱਚ ਜਿਹੜਾਗਾ ਉਹ ਜਾਣ ਦੀ ਜਰੂਰਤ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਲੜਿੰਦੀ ਜਿਹੜੀ ਆਪਣੀ ਦੇਹਲੀ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਹ ਜਿਹੜੇ ਹੈਗੇ ਆ ਆਪਾਂ ਕਹੀਏ ਕਿ ਕਣਕ ਹੈ ਚੌਲ ਹੋਗੇ ਸਾਡੇ ਕੋਲੇ ਮਸਾਲੇ ਨੇ ਤੇਲ ਹੈ ਉਹ ਜਿਹੜੀ ਖਪਤਾ ਉਹ ਰੋਜ਼ਾਨਾ ਦੇ ਵਿੱਚ ਹੁੰਦੀ ਰਹਿੰਦੀ ਆ ਤਾਂ ਇਹਨੂੰ ਜਿਹੜਾ ਆਪਾਂ ਕਹੀਏ ਕਿ ਇਹਨਾਂ ਮਸ਼ੀਨਾਂ ਨੂੰ ਅਸੀਂ ਕਸਟਮ ਹਾਇਰਿੰਗ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਕਿਉਂਕਿ ਕਿਸਾਨ ਵੀ ਰਾਬਦੀ ਜੈਂਸ ਵੀ ਉਹ ਤੁਹਾਡੇ ਤੋਂ ਆ ਕੇ ਜਿਹੜੀ ਉਹ ਪ੍ਰੋਸੈਸ ਕਰਾ ਕੇ ਲੈ ਜਾ ਸਕਦੇ ਆ ਪਰ ਜੇਕਰ ਅਸੀਂ ਇਹਦਾ ਮੰਡੀਕਰਨ ਕਰਕੇ ਇਹਨੂੰ ਕਮਰਸ਼ੀਅਲਾਈਜ਼ ਕਰਕੇ ਅੱਗੇ ਜਿਹੜਾਗਾ ਇਹਦੇ 'ਚ ਵਧਣਾ ਚਾਹੁੰਦੇ ਆ ਤਾਂ ਇਹਦੀਆਂ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਬਤੌਰ ਇਹਦੇ ਵਿੱਚ ਅਸੀਂ ਇਹਨਾਂ ਨੂੰ ਜਿਵੇਂ ਆਪਾਂ ਕਹੀਏ ਕਿ ਮਾਰਕੀਟਿੰਗ ਕਰਨ ਦੇ ਜਿਹੜੇ ਆ ਉਹ ਸਾਰੇ ਸਜੇ ਢੰਗ ਵੀ ਸਿਖਾਈ ਜਾਂਦੇ ਆ ਬ੍ਰਾਂਡਿੰਗ ਦਾ ਉਹਦੇ ਉੱਪਰ ਜਿਹੜੀ ਆਪਾਂ ਕਹੀਏ ਕਿ ਐਫਐਸਐਸਏਆਈ ਦਾ ਜਾਂ ਐਗ ਮਾਰਕ ਦਾ ਸੀ ਲਾਇਸੈਂਸ ਜਿਹੜਾ ਲੈਣਾਗਾ ਜਾਂ ਉਸ ਤੋਂ ਬਾਅਦ ਉਹਦੀ ਪੈਕੇਜਿੰਗ ਦੇ ਲਈ ਕਿਹਜਾ ਮਟੀਰੀਅਲ ਚਾਹੀਦਾ ਕਿਉਂਕਿ ਦੇਖੋ ਜਿਹੜੀ ਆਪਾਂ ਮਸਾਲਿਆਂ ਦੀ ਜੇ ਗੱਲ ਕਰੀਏ ਹਲਦੀ ਦੀ ਗੱਲ ਕਰਦੇ ਆ ਸਾਡੇ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਉਹ ਟਰਾਂਸਪੇਰੈਂਟ ਜਿਹੜੇ ਲਿਫਾਫਿਆਂ ਦੇ ਵਿੱਚ ਹਲਦੀ ਦੀ ਜਿਹੜੀ ਉਹ ਸੇਲ ਕਰਦੇ ਆ ਪਰ ਜੇਕਰ ਉਹਦੀ ਜਗ੍ਹਾ ਵਾਲਾ ਜਿਹੜਾ ਪੈਕੇਜਿੰਗ ਮਟੀਰੀਅਲ ਉਹਨੂੰ ਵਰਤੀਏ ਜਿਹਦੀ ਐਲੂਮੀਨੀਅਮ ਫੋਇਲ ਵਾਲੇ ਜਿਹੜੀ ਪੈਕੇਜਿੰਗ ਹੁੰਦੀ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਹਲਦੀ ਵਿੱਚਲਾ ਤੇਲ ਆ ਉਹ ਬਾਹਰ ਨਹੀਂ ਨਿਕਲਦਾ ਤੇ ਉਹਦੀ ਗੁਣਵੱਤਾ ਬਣੀ ਬਰਕਰਾਰ ਰਹਿੰਦੀ ਆ ਤੇ ਇਸੇ ਤਰੀਕੇ ਨਾਲ ਜਿਹੜੀਆਂ ਮੰਡੀ ਕਰਨ ਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਧਿਆਨ ਰੱਖਣ ਵਾਲੀਆਂ ਪੈਕੇਜਿੰਗ ਮਟੀਰੀਅਲ ਕਿਦਾਂ ਦਾ ਹੈਗਾ ਜਾਂ ਉਹਦੀ ਬਾਹਰਲੀ ਦਿੱਖ ਕਿਦਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ ਪੋਸਟਿਕ ਚੀਜ਼ ਜਿਹੜੀ ਤਿਆਰ ਕੀਤੀ ਆ ਖਾਣ ਵਾਲੇ ਨੂੰ ਉਹਦਾ ਬਾਅਦ ਚ ਪਤਾ ਲੱਗਣਾ ਹੈ ਪਹਿਲਾਂ ਉਹਦੀ ਦਿੱਖ ਜਿਹੜੀ ਆ ਉਹ ਜਿਹੜੀ ਆਕਰਸ਼ਨ ਜਿਹੜੀ ਉਹ ਕਰਦੀ ਆ ਤਾਂ ਜੇਕਰ ਉਹੀ ਅਸੀਂ ਗੱਲ ਕੀਤੀ ਹੈ ਕਿ ਸ਼ਹਿਦ ਆ ਉਹਨੂੰ ਕੱਚਾ ਵੇਚਣ ਦੇ ਨਾਲੋਂ ਉਹਨੂੰ ਪ੍ਰੋਸੈਸ ਕਰਕੇ ਬੜੀ ਸੋਹਣੀ ਡੱਬਾਬੰਦੀ ਕੀਤੀ ਜਾਵੇ ਉਹਦੇ ਉੱਪਰ ਲੇਬਲ ਲਾਇਆ ਜਾਵੇ ਉਹਦੇ ਗੁਣ ਦੱਸੇ ਜਾਣ ਉਹਦੇ ਜਿਹੜੀ ਹੈਗੀਆਂ ਵਰਤੋਂ ਵਾਲੇ ਕਿਵੇਂ ਵਰਤਣਾ ਹੈਗਾ ਉਹ ਦੱਸਿਆ ਜਾਵੇ ਉਹਦੇ ਵਿੱਚ ਨਿਊਟ੍ਰੀਸ਼ਨਲ ਕੰਟੈਂਟ ਕੀ ਹੈ ਤਾਂ ਮੱਲੋ ਮੱਲੀ ਜਿਹੜਾਗਾ ਉਹ ਸਾਡੇ ਜਿਹੜੇ ਖਪਤਕਾਰਾਂ ਦੇ ਜਿਹੜੇ ਕਸਟਮਰ ਹੁੰਦੇ ਆ ਉਹਨਾਂ ਨੂੰ ਉਹ ਆਕਰਸ਼ਿਤ ਕਰਦਾਗਾ ਬਿਲਕੁਲ ਜੀ ਮੰਡੀਕਾਰੀ ਮੈਂ ਸਮਝਦਾ ਕਿ ਬੜਾ ਮਹੱਤਵਪੂਰਨ ਥਾਮੇ ਕਿ ਜਦੋਂ ਅਸੀਂ ਕੋਈ ਚੀਜ਼ ਪੈਦਾ ਕਰਦੇ ਆ ਜਾਂ ਪ੍ਰੋਸੈਸਿੰਗ ਕਰਦੇ ਆ ਤੇ ਜੇ ਮੰਡੀਕਾਰੀ ਪੱਖੋਂ ਰਹਿ ਗਏ ਫਿਰ ਹੌਂਸਲੇ ਟੁੱਟ ਜਾਂਦੇ ਆ ਤੇ ਜੇ ਚੰਗੇ ਪੈਸੇ ਲੱਭ ਜਾਣ ਤੇ ਹੌਸਲਾ ਦੂਨ ਸਵਾਇਆ ਹੋ ਜਾਂਦਾ ਡਾਕਟਰ ਰਮਨਦੀਪ ਜੀ ਹੁਣ ਸਾਡੇ ਨੌਜਵਾਨ ਵੀਰ ਭੈਣ ਤੁਹਾਨੂੰ ਸੁਣਦੇ ਆ ਹਾਂਜੀ ਹਰ ਇੱਕ ਦੇ ਮਨ ਦੇ ਵਿੱਚ ਚਾਹ ਹੈ ਕਿ ਮੈਂ ਕੰਮ ਕਰਨਾ ਹੈ ਤੇ ਮਨ ਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਸਰਮਾਇਆ ਵੀ ਚਾਹੀਦਾ ਹੈ ਮਨ ਦੇ ਵਿੱਚ ਇਹ ਵੀ ਆਉਂਦਾ ਕਿ ਸਬਸਿਡੀ ਕਿੱਥੋਂ ਮਿਲੂ ਇਹ ਨੋਟ ਕਰ ਲਓ ਕਿਸਾਨ ਵੀਰੋ ਕਿ ਇਹ ਜਿਹੜੇ ਛੋਟੇ ਛੋਟੇ ਗੱਲਾਂ ਨੇ ਨਾ ਕਿੱਥੋਂ ਆਪਾਂ ਨੂੰ ਪੈਸਾ ਮਿਲਣਾ ਕਿਹੜੇ ਬੈਂਕ ਜਾਣਾ ਹੈ ਸਬਸਿਡੀ ਕਿਹੜੇ ਮਹਿਕਮੇ ਤੋਂ ਮਿਲਣੀ ਹੈ ਔਰ ਨਾਲ ਦੇ ਨਾਲ ਸਖਲਾਈ ਕਿੱਥੋਂ ਲੈਣੀ ਹੈ ਇਹ ਪੰਜ ਛੇ ਗੱਲਾਂ ਇੱਕ ਵਾਰੀ ਰਿਪੀਟ ਕਰਦੇ ਹੋ ਤਾਂ ਕਿ ਕਿਸਾਨ ਵੀ ਸਾਡੇ ਨੋਟ ਕਰ ਲੈਣ ਬੜਾ ਇਹ ਮਹੱਤਵਪੂਰਨ ਉਪਰਾਲਾ ਜੇ ਮੁੱਲ ਵਧਾਉ ਕੰਮ ਆਪਾਂ ਕਰਨਾ ਆਪਣੀ ਫਸਲਾਂ ਦਾ ਆਪਣੀਆਂ ਜਿੰਸਾਂ ਦਾ ਕਿੰਨੇ ਆਪਾਂ ਫਾਇਦਾ ਉਠਾ ਸਕਨੇ ਆ ਬਿਲਕੁਲ ਜੀ ਇਹਦੇ ਲਈ ਸਭ ਤੋਂ ਪਹਿਲਾਂ ਜੇ ਆਪਾਂ ਕੀ ਕੁਝ ਕੁ ਜ਼ਰੂਰੀ ਨੁਕਤੇ ਨੇ ਕਿ ਜਗ੍ਹਾ ਦੀ ਚੋਣ ਜਿਹਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਉਹਦੇ ਵਿੱਚ ਜੇ ਕਿਸਾਨ ਵੀਰੋ ਅਸੀਂ ਕੋਸ਼ਿਸ਼ ਇਹ ਕਰੀਏ ਕਿ ਸਾਡਾ ਯੂਨਿਟ ਉੱਥੇ ਲੱਗੇ ਜਿੱਥੇ ਲਾਗਲ ਜਿਹੜੇ ਨੇੜੇ ਦੇ ਜਿਹੜੇ ਆ 5 6 ਪਿੰਡ ਸਾਨੂੰ ਲੱਗਦੇ ਹੋਣ ਉਹ ਸੜਕ ਦੇ ਉੱਪਰ ਤੇ ਜਿੱਥੋਂ ਸਾਨੂੰ ਜਿਹੜੀ ਆ ਰਾਮ ਮਟੀਰੀਅਲ ਉਪਲਬਧ ਵੀ ਸੌਖਾ ਹੁੰਦਾ ਹੋਵੇ ਤੇ ਸਾਡੀ ਜਿਹੜੀ ਪੈਦਾ ਕੀਤੀ ਜਿੰਸਾਂ ਉਹਨੂੰ ਅਸੀਂ ਜਿਹੜਾਗਾ ਪ੍ਰੋਸੈਸ ਕਰਕੇ ਤੇ ਵੇਚਣਾ ਵੀ ਸਾਨੂੰ ਸੌਖਾ ਰਹਿੰਦਾ ਹੋਵੇ ਉਸ ਤੋਂ ਬਾਅਦ ਜੇ ਆਪਾਂ ਕੀ ਉਹਦੇ ਵਿੱਚ ਤਾਂ ਜਿਹੜਾ ਅਸੀਂ ਉਹ ਅਪਲਾਈ ਕਰ ਦੇਣਾਗਾ ਪਾਣੀ ਜਿਹੜਾਗਾ ਚੰਗਾ ਉੱਥੇ ਸਾਡੇ ਕੋਲੇ ਸਰਵਿਸ ਹੋਵੇ ਉਦੋਂ ਬਿਨਾ ਜਿਹੜੀ ਹੈਗੀ ਆ ਸੀਵਰੇਜ ਦੀ ਨਿਕਾਸੀ ਜਿਹੜੀ ਆ ਉਹ ਪ੍ਰੋਪਰ ਹੁੰਦੀ ਹੋਵੇ ਤੇ ਜਿਹੜਾ ਆਪਣੇ ਕੋਲੇ ਅਨਾਜ ਦੇ ਰੱਖ-ਰਖਾਵ ਦੇ ਲਈ ਵੀ ਜਗ੍ਹਾ ਹੋਣੀ ਚਾਹੀਦੀ ਆ ਕਿਉਂਕਿ ਕਿਸਾਨ ਵੀਰੋ ਤੁਹਾਨੂੰ ਵੀ ਪਤਾਗਾ ਕਿ ਜਿਹੜਾ ਆਪਾਂ ਕਣਕ ਤੋਂ ਜਦੋਂ ਆਪਾਂ ਆਟਾ ਪੀਨੇ ਹੈਗੇ ਆ ਤਾਂ ਉਹਦੇ ਵਿੱਚ ਜਿਹੜੀ ਉਹਦੀ ਆ ਨਮੀ ਆ ਉਹਨੂੰ ਨਿਰੰਤਰ ਕਰਨ ਦੇ ਲਈ ਵੀ ਸਾਨੂੰ ਜਗ੍ਹਾ ਜਿਹੜੀ ਆ ਉਹ ਕਣਕ ਵਾਸਤੇ ਰੱਖਣੀ ਪੈਂਦੀ ਆ ਇਤੋਂ ਬਾਅਦ ਜਿਹੜੀਆਂ ਇਹ ਸਾਰੀਆਂ ਗੱਲਾਂ ਤੋਂ ਬਾਅਦ ਜਦੋਂ ਅਸੀਂ ਮਸ਼ੀਨਾਂ ਵਾਲੇ ਪਾਸੇ ਨੂੰ ਵਾਧੇ ਹੈਗੇ ਆ ਤਾਂ ਉਹਦੇ ਲਈ ਸਾਨੂੰ ਇੱਕ ਰਿਪੋਰਟ ਤਿਆਰ ਕਰਨੀ ਪੈਂਦੀ ਹੈ ਪ੍ਰੋਜੈਕਟ ਰਿਪੋਰਟ ਉਸ ਪ੍ਰੋਜੈਕਟ ਰਿਪੋਰਟ ਨੂੰ ਜਿਹੜਾ ਅਸੀਂ ਕਿਸੇ ਵੀ ਸੀਏ ਦੇ ਕੋਲੋਂ ਤਿਆਰ ਕਰ ਸਕਦੇ ਆ ਜਾਂ ਜਿਹੜੀ ਬੈਂਕ ਕੋਲੋਂ ਅਸੀਂ ਲੋਨ ਲੈਣਾ ਚਾਹੁੰਦੇ ਆ ਉਹਦੇ ਸੀਏ ਦੇ ਕੋਲੋਂ ਜੇ ਅਸੀਂ ਉਹਦੀਆਂ ਟਰਮਸ ਦੇ ਅਕੋਰਡਿੰਗਲੀ ਤਿਆਰ ਕਰਾ ਲਈਏ ਉਹ ਬਹੁਤ ਹੀ ਬਿਹਤਰ ਰਹਿੰਦਾਗਾ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਰਿਪੋਰਟ ਤਿਆਰ ਕੀਤੀ ਹੋਈ ਆ ਉਹਨੂੰ ਲਗੂ ਉਦਯੋਗ ਅਫਸਰ ਅਫਸਰ ਜਿਹੜੇ ਹੁੰਦੇ ਆ ਉਨ੍ਹਾਂ ਵੱਲੋਂ ਜਿਹੜਾਗਾ ਇਹਨੂੰ ਪ੍ਰਮਾਣਿਤ ਕੀਤਾ ਜਾਂਦਾ ਇਹ ਪ੍ਰਮਾਣਿਤ ਕਰਉਣਾ ਵੀ ਇਸ ਲਈ ਜ਼ਰੂਰੀ ਹੈ ਤਾਂ ਕਿ ਸਾਡੀ ਜਿਹੜੀ ਹੈ ਸਰਕਾਰੀ ਮਨਜ਼ੂਰਸ਼ੁਦਾ ਜਿਹੜਾਗਾ ਉਹ ਕੰਮ ਹੋ ਸਕੇ ਤੇ ਸਾਨੂੰ ਹੋਰ ਹੋਰ ਜਿਹੜੇ ਵੀ ਇਹਦੇ ਵਿੱਚੋਂ ਹੋਣ ਵਾਲੇ ਲਾਭ ਨੇ ਉਹ ਹੋ ਸਕਣ ਕਿਉਂਕਿ ਸਰਕਾਰਾਂ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀ ਹੈਗੀਆ ਪ੍ਰੋਸੈਸਿੰਗ ਨੂੰ ਪਰਫੁੱਲਤ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਹੈਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਤੇ ਸਾਨੂੰ ਇਹਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਵੀ ਤੇ ਆਪਣੇ ਪਿੰਡ ਦਾ ਵੀ ਜਿਹੜਾਗਾ ਉਹ ਨਾਮ ਰੋਸ਼ਨ ਕਰਨਾ ਚਾਹੀਦਾ ਬਿਲਕੁਲ ਡਾਕਟਰ ਰਮਨਦੀਪ ਜੀ ਨੇ ਬੜੇ ਵਧੀਆ ਢੰਗ ਨਾਲ ਆਪਾਂ ਨੂੰ ਦੱਸਿਆ ਤੇ ਹੁਣ ਮਿਹਨਤ ਆਪਾਂ ਕਰਨੀ ਹੈ ਕੋਸ਼ਿਸ਼ ਆਪਾਂ ਕਰਨੀ ਜਾਣਕਾਰੀ ਸਾਨੂੰ ਮਿਲ ਗਈ ਹੈ ਸੋਰਸ ਆਪਾਂ ਲੱਭਣਾ ਹੈ ਕੋਰਸ ਬਾਅਦ ਚ ਕਰਨਾ ਤੇ ਫਿਰ ਅਸੀਂ ਫੋਰਸ ਪੂਰੀ ਲਾ ਕੇ ਇਸ ਪਾਸੇ ਨੂੰ ਚੱਲਣਾ ਸਿਖਲਾਈ ਵੀ ਮਿਲ ਸਕਦੀ ਹੈ ਲਗੋ ਦੀ ਯੋਗ ਮਹਿਕਮੇ ਤੋਂ ਆਪਾਂ ਨੂੰ ਲੋਨ ਵੀ ਮਿਲ ਸਕਦਾ ਹੈ ਤੇ ਬੈਂਕ ਵੀ ਤੁਹਾਨੂੰ ਸਪੋਰਟ ਕਰਨ ਨੂੰ ਤਿਆਰ ਨੇ ਯੂਨੀਵਰਸਿਟੀ ਬਿਲਕੁਲ ਤਿਆਰ ਤੇ ਮੰਨ ਅਸੀ ਬਣਾਣਾ ਹੈ ਸੋ ਡਾਕਟਰ ਰਮਨਦੀਪ ਜੀ ਬੜੇ ਵਧੀਆ ਢੰਗ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ ਮੈਂ ਸਮਝੀ ਨਾ ਕਿ ਅੱਜ ਸਮੇਂ ਦੀ ਲੋੜ ਹੈ ਸਾਡੇ ਪਿੰਨਾਂ 'ਚ ਰੋਜ਼ਗਾਰ ਦੇ ਵਸੀਲੇ ਬਣਾਉਣ ਦੀ ਲੋੜ ਹੈ ਤੁਹਾਡੇ ਇਸ ਜਾਣਕਾਰੀ ਬਹੁਤ-ਬਹੁਤ ਮਿਹਰਬਾਨੀ ਜੀ